ਜਦੋਂ ਵੀ ਆਫਸ਼ੋਰ ਵੀਜ਼ਾਸ ਦੀ ਗੱਲ ਕਰੀਏ, ਇੱਕ ਟ੍ਰੈਂਡ ਦੇਖਿਆ ਜਾਂਦਾ ਦਿੱਲੀ ਦੇ ਵਿੱਚ ਹਾਈ ਕਮਿਸ਼ਨ ਦਾ। ਕਈ ਵਾਰ ਬਹੁਤ ਸਾਰੇ ਵੀਜ਼ਾਸ ਇਕੱਠੇ ਆਉਂਦੇ ਤੇ ਕਈ ਵਾਰੀ ਬਹੁਤ ਸਾਰੇ ਰਿਫਿਊਜ਼ਲਸ ਆਉਂਦੀਆਂ GTE ਨੂੰ ਲੈ ਕੇ, ਜਿਹੜਾ ਕਿ ਜੈਨੂਇਨ ਟੈਂਪਰੇਰੀ ਐਂਟਰੈਂਟ ਕ੍ਰਾਈਟੇਰੀਆ। ਰੀਸੈਂਟ ਜੇ ਵਿਜ਼ਿਟਰ ਵੀਜ਼ਾਸ ਦੇਖੀਏ ਜਾਂ ਸਬਸੀਕੁਐਂਟ ਡਿਪੈਂਡੈਂਟ ਵੀਜ਼ਾ ਦੇਖੀਏ ਜਾਂ ਸਟੂਡੈਂਟ ਡਿਪੈਂਡੈਂਟ ਦੇਖੀਏ, ਤਕਰੀਬਨ ਜਿਹੜੇ ਆਫਸ਼ੋਰ ਵੀਜ਼ਾਸ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਵੀਜ਼ਾ ਗ੍ਰਾਂਟ ਆ ਰਿਹਾ, ਜਿਹੜਾ ਕਿ ਨਿਊ ਦਿੱਲੀ ਤੋਂ ਵੀਜ਼ਾ ਆਊਟਕਮਸ ਆ ਰਹੇ ਤੇ ਵਿਜ਼ਿਟਰ ਵੀਜ਼ਾ ਨੂੰ ਲੈ ਕੇ, ਸਪੈਸ਼ਲੀ ਸਟੂਡੈਂਟ ਡਿਪੈਂਡੈਂਟ ਨੂੰ ਲੈ ਕੇ, ਉਹ ਜਿਨ੍ਹਾਂ ਦਾ ਸਪਾਊਸ ਆਸਟ੍ਰੇਲੀਆ ਦੇ ਵਿੱਚ ਨੇ ਐਜ਼ ਅ ਪ੍ਰਾਇਮਰੀ ਐਪਲੀਕੈਂਟ ਤੇ ਐਜ਼ ਅ ਸਟੂਡੈਂਟ ਪੜ੍ਹਦੇ ਨੇ। ਜੇ ਤੁਹਾਡੇ ਵੀ ਸਪਾਊਸ ਜਾਂ ਤੁਸੀਂ ਆਪਣੇ ਸਿਬਲਿੰਗਸ ਨੂੰ ਜਾਂ ਪੇਰੈਂਟਸ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦੇ ਹੋ, ਇੱਕ ਵਾਰ ਜ਼ਰੂਰ ਕੰਟੈਕਟ ਕਰੋ। ਦਿਸ ਇਜ਼ ਪ੍ਰੋਬੇਬਲੀ ਦ ਬੈਸਟ ਟਾਈਮ ਟੂ ਅਪਲਾਈ ਫੋਰ ਦੈਮ ਐਜ਼ ਅ ਵਿਜ਼ਿਟਰ ਵੀਜ਼ਾ, ਜਾਂ ਜੇ ਉਹ ਤੁਹਾਡੇ ਸਪਾਊਸ ਨੇ, ਪਾਰਟਨਰ ਨੇ ਇੰਡੀਆ ਦੇ ਵਿੱਚ ਨੇ, ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ, ਪ੍ਰੋਬੇਬਲੀ ਸਟੂਡੈਂਟ ਡਿਪੈਂਡੈਂਟ ਵੀਜ਼ਾ। ਵਧੇਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰੋ। ਧੰਨਵਾਦ।